ਲੀਰਾ ਦੇ ਵਿੱਚ ਦੋ ਧਿਰਾਂ ਦੇ ਵਿੱਚ ਜੰਮ ਕੇ ਲੜਾਈ ਹੋਈ ਅਤੇ ਇਸ ਦੌਰਾਨ ਇੱਟਾਂ ਰੋੜੇ ਚੱਲੇ। ਦੱਸ ਦਈਏ ਕਿ ਇਸ ਲੜਾਈ ਝਗੜੇ ਦੇ ਵਿੱਚ 5 ਲੋਕ ਜ਼ਖਮੀ ਹੋਏ ਨੇ ਜੋ ਕਿ ਜੇਰੇ ਇਲਾਜ ਨੇ। ਦੂਜੇ ਪਾਸੇ ਚਰਚ ਦੀ ਬਿਲਡਿੰਗ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੱਸਣਯੋਗ ਹੈ ਕਿ ਬੀਤੀ ਰਾਤ ਜੀਰਾ ਦੀ ਬਸਤੀ ਪੂਰਨ ਸਿੰਘ ਵਾਲੀ ਵਿੱਚ ਦੋ ਧਿਰਾਂ ਦੇ ਦਰਮਿਆਨ ਲੜਾਈ ਝਗੜਾ ਹੋਇਆ ਅਤੇ ਜੰਮ ਕੇ ਇੱਟਾਂ ਰੋੜੇ ਚੱਲੇ। ਦੋਨਾਂ ਧਿਰਾਂ ਦੇ 5 ਵਿਅਕਤੀ ਜ਼ਖਮੀ ਹੋ ਗਏ ਨੇ ਜੋ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਨੇ। ਦੋਨਾਂ ਧਿਰਾਂ ਦੇ ਵਿਅਕਤੀਆਂ ਦੇ ਵੱਲੋਂ ਹੀ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਅਤੇ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਉੱਤੇ ਪਹੁੰਚੀ ਅਤੇ ਆਪਣੇ ਪੱਧਰ ਉੱਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਅਸੀਂ ਘਰ ਬੈਠੇ ਹੋਏ ਪਰਿਵਾਰ 'ਚ ਰੋਟੀ 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 ਖਾ ਰਹੇ ਸੀ ਅਤੇ ਰਾਤ ਦਾ ਟਾਈਮ ਸੀ ਅਤੇ ਇਹ 10-15 ਜਣੇ ਆਏ ਜੀ। ਇਹਨਾਂ ਨੇ ਗੇਟ 'ਚ ਲੱਤਾਂ ਲੁੱਤਾਂ ਮਾਰੀਆਂ ਜੀ ਅਤੇ ਫਿਰ ਮੈਂ ਬਾਹਰ ਨਿਕਲ ਕੇ ਦੇਖਣ ਲੱਗਾ ਮੈਂ ਕੌਣ ਹੈ ਜੀ ਅਤੇ ਇਹਨਾਂ ਨੇ ਮੈਨੂੰ ਫੜ ਲਿਆ ਜੀ। ਇਹ ਮੇਰੇ ਇਹਨਾਂ ਨੇ ਜੀ ਉਹ ਰੋਡ ਜੀ ਹੁੰਦੀ ਆ ਜੀ ਉਹ ਜਿਹੜੀ ਹੁੰਦੀ ਆ ਗਰਾਰੀ ਵਾਲੀ ਉਹ ਹਾਂਜੀ ਉਹ ਤੇਜ਼ ਚਾਰ ਕਾਪੀ ਕੂਪੀ ਉਹ ਜਿਹੜੇ ਹੈਗੇ ਸੀ ਇਹਨਾਂ ਕੋਲ ਅਤੇ ਇਹ ਮੇਰੇ ਮਾਰਨੇ ਉੱਧਰੋਂ ਮੇਰਾ ਚਾਚਾ ਆ ਗਿਆ ਜੀ ਅਤੇ ਉਹ ਚਾਚੇ ਨੇ ਵੀ ਇੰਨਾ ਇਹਨੂੰ ਵਾਹਵਾ ਮਾਰੀ ਕਾਪਾ ਕੂਪਾ ਮਾਰਿਆ ਜੀ। ਉਹ ਕਿੱਥੇ ਵੀਰਕੋਟ ਦਾਖਲ ਆ ਜੀ। ਅਸੀਂ ਮੰਗ ਕਰਦੇ ਹਾਂ ਸਾਨੂੰ ਕੋਈ ਸੁਣਵਾਈ ਦਿੱਤੀ। ਮੈਂ ਜੱਜ ਸਿੰਘ ਬੋਲਦਾ ਜੀ ਬਸਤੀ ਬਾਬਾ ਭੂਮੀ ਚੰਦ ਸਿੰਘ ਵਾਲੇ। ਰਾਤ ਮੁੰਡੇ ਦੁੱਧ ਲੈ ਕੇ ਆਉਂਦੇ ਸੀ ਪੂਰਾ ਬਲ ਪੈ ਗਿਆ ਉਹਨਾਂ ਦੇ ਇੱਟਾਂ ਰੋੜੇ ਚਲਾਏ ਇਹਨਾਂ ਨੇ ਅਤੇ ਅਸੀਂ ਇਨਸਾਫ਼ ਦੀ ਮੰਗ ਕਰਦੇ ਸਾਡੇ ਨਾਲ ਬਹੁਤ ਧੱਕਾ ਕਰਦੇ। ਕਿੰਨੇ ਜਣੇ ਪੱਟੜ ਹੋਏ ਤੁਸੀਂ? ਅਸੀਂ 3 ਜਣੇ ਪੱਟੜ ਹੋਏ। ਸਰ ਮੇਰਾ ਨਾਮ ਪਾਸਟਰ ਸੋਨੂ ਆ ਜੀ। ਇਹ ਚਰਚ ਦੇ ਵਿੱਚ ਆਪਾਂ ਖੜ੍ਹੇ ਹੋਏ ਹਾਂ ਜੀਰਾ ਸ਼ਹਿਰ ਸੰਤ ਪੂਰਨ ਸਿੰਘ ਵਾਲੀ ਬਸਤੀ ਆ ਜੀ। ਸੋ ਇਸ ਜਗ੍ਹਾ 'ਤੇ ਕੀ ਹੋਇਆ ਕਿ ਰਾਤ ਦੇ ਕਰੀਬ 8 ਵਜੇ ਆਪਣੇ ਗਲੀ ਦੇ ਵਿੱਚ ਦੋ ਧਿਰਾਂ ਦੀ ਲੜਾਈ ਹੋਈ ਹੈ ਜੀ। ਉਹ ਲੜਾਈ ਦੇ ਦੌਰਾਨ ਇੱਟਾਂ ਰੋੜੇ ਚੱਲਣੇ ਸ਼ੁਰੂ ਹੋਏ। ਇੱਟਾਂ ਰੋੜੇ ਚੱਲਦੇ ਚੱਲਦੇ ਉਹਨਾਂ ਨੇ ਇੱਧਰ ਚਰਚ ਵੱਲ ਚਲਾਉਣੇ ਸ਼ੁਰੂ ਕਰ ਦਿੱਤੇ। ਉਹ ਜਿਹੜੇ ਚਰਚ ਦੇ ਵਿੱਚ ਕਾਫ਼ੀ ਜ਼ਿਆਦਾ ਨੁਕਸਾਨ ਹੋ ਗਿਆ। ਉਹਨਾਂ ਨੇ ਸਾਰਾ ਫਿਰ ਸਿੱਧਾ ਫੋਕਸ ਹੀ ਜਿਹੜਾ ਇੱਧਰ ਚਰਚ ਵੱਲ ਨੂੰ ਕਰ ਦਿੱਤਾ। ਮਤਲਬ ਕਿ ਹੋਇਆ ਕੀ ਆ ਕਿ ਉਹਨਾਂ ਦਾ ਜੋ ਇੱਟਾਂ ਰੋੜੇ ਚੱਲਦੇ ਸੀ ਉਹਨਾਂ ਨੂੰ ਇੱਦਾਂ ਲੱਗਾ ਕਿ ਚਰਚ ਦੇ ਵਿੱਚ ਉਹ ਜਿਹੜੇ ਦੂਸਰੇ ਧਰਦੇ ਆ ਉਹ ਚਰਚ ਦੇ ਵਿੱਚ ਆ ਗਏ ਨੇ। ਸੋ ਇਸ ਕਰਕੇ ਉਹਨਾਂ ਨੇ ਸਾਰਾ ਚਰਚ ਦੇ ਵਿੱਚ ਹੀ ਤੋੜ ਫੋੜ ਕਰਨੀ ਸ਼ੁਰੂ ਕਰ ਦਿੱਤੀ। ਸਾਡਾ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਔਰ 2 ਮੋਟਰਸਾਈਕਲ ਜਿਹੜੇ ਇੱਕ ਚਰਚ ਦੇ ਵਿੱਚ ਪ੍ਰੇਅਰ ਚੱਲ ਰਹੀ ਆ ਲਗਾਤਾਰ 24 ਘੰਟਿਆਂ ਦੀ 21 ਦਿਨ ਦੀ ਅਸੀਂ ਪ੍ਰਾਰਥਨਾ ਸ਼ੁਰੂ ਕੀਤੀ ਹੋਈ ਆ 24 ਘੰਟੇ 2-2 ਘੰਟਿਆਂ ਦੀ ਸਾਰਿਆਂ ਦੀ ਪ੍ਰੇਅਰ ਹੁੰਦੀ ਆ। ਉਹ ਬੱਚੇ ਜਿਹੜੇ ਪ੍ਰੇਅਰ ਕਰਨ ਵਾਸਤੇ ਆਏ ਸੀ ਸਾਡੇ ਸੇਵਾਦਾਰ ਉਹਨਾਂ ਦਾ ਮੋਟਰਸਾਈਕਲ ਵੀ ਗਲੀ ਦੇ ਵਿੱਚ ਖੜਾ ਆਇਆ ਸੀ ਅਤੇ ਉਹਨਾਂ ਨੇ ਉਹ ਵੀ ਕਾਫ਼ੀ ਜ਼ਿਆਦਾ ਤੋੜ ਦਿੱਤਾ ਅਤੇ ਜਿਹੜਾ ਸਾਡਾ ਘਰ ਦੇ ਵਿੱਚ ਮੋਟਰਸਾਈਕਲ ਸੀ ਉਹਦਾ ਵੀ ਕਾਫ਼ੀ ਇੱਟਾਂ ਰੋੜੇ ਮਾਰ ਕੇ ਜ਼ਿਆਦਾ ਨੁਕਸਾਨ ਕਰ ਦਿੱਤਾ। ਔਰ ਸੱਟ ਜਿਹੜੀ ਆ ਉਹ ਸੱਟ ਜਿਹੜੀ ਮੇਰੇ ਇੱਥੇ ਲੱਤ ਦੇ ਉੱਤੇ ਵੱਜੀ ਹੋਈ ਆ ਜੀ। ਉਦੋਂ ਇੱਟ ਵੱਜੀ ਆ ਮੇਰੇ ਔਰ ਮੇਰੀ ਜਿਹੜੀ ਵਾਈਫ ਆ ਉਹਨਾਂ ਦੇ ਵੀ ਬਾਂਹ ਦੇ ਉੱਤੇ ਵੱਜੀ ਆ ਔਰ ਹੋਰ ਸਾਡੇ ਕੋਈ ਕਿਸੇ ਦੇ ਸੱਟ ਨਹੀਂ ਕਿ ਅਸੀਂ ਕੋਈ ਇੱਦਾਂ ਨਹੀਂ ਦੱਸਦੇ। ਆਏ ਸੀ ਅਤੇ ਰਾਤ ਸਾਡੇ ਇੱਥੇ ਕਾਫ਼ੀ ਲੋਕਾਂ ਨੇ ਦਾਰੂ ਕੀਤੀ ਹੋਈ ਸੀ ਅਤੇ ਸਾਨੂੰ ਇਹਨਾਂ ਨੇ ਕੋਈ ਬੰਦਾ ਜਿਹੜੇ ਜਿਹਨਾਂ ਜਿਹੜੇ ਅਸਲ ਦੇ ਵਿੱਚ ਮੁਲਜ਼ਮ ਸੀ ਉਹ ਸਾਨੂੰ ਨਹੀਂ ਮਿਲੇ ਰਾਤ। ਹੁਣ ਅਸੀਂ ਆਣ ਕੇ ਸਾਰਿਆਂ ਨੂੰ ਪੁੱਛ ਕੇ ਬਰੀਕੀ ਦੇ ਜਾਂਚ ਕਰ ਰਹੇ ਹਾਂ ਅਤੇ ਜੋ ਵੀ ਜਾਂਚ ਸਾਹਮਣੇ ਆਊਗੀ ਪੂਰੀ ਕਰ ਦਿੱਤੀ।